ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਭਾਰੀ ਬੇਮੌਸਮੀ ਬਰਸਾਤ ਹੋਈ ਗੜੇਮਾਰੀ ਹੋਈ ਤੇਜ਼ ਹਵਾਵਾਂ ਤੇ ਵਾਬ ਰੋਲੇ ਚੱਲੇ ਉਹਦੇ ਨਾਲ ਖੜੀਆਂ ਹੋਈਆਂ ਫਸਲਾਂ ਦਾ ਨੁਕਸਾਨ ਹੋ ਗਿਆ ਖਾਸ ਤੌਰ ਤੇ ਕਣਕਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਟਹਿ ਗਈਆਂ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਹਰੇ ਚਾਰੇ ਦਾ ਨੁਕਸਾਨ ਹੋ ਗਿਆ ਮੈਂ ਆਪ ਜਾ ਕੇ ਦੇਖ ਕੇ ਆਇਆ ਹਨਿਹਾਲ ਸਿੰਘ ਵਾਲਾ ਦੇ ਪਿੰਡਾਂ ਚ ਪੱਤੋ ਹੀਰਾ ਸਿੰਘ ਖਾਈ ਮੈਂ ਕਿਸਾਨਾਂ ਨੂੰ ਮਿਲ ਕੇ ਆਇਆ ਮਜ਼ਦੂਰਾਂ ਨੂੰ ਮਿਲ ਕੇ ਆਇਆ ਮੈਂ ਮੁਕਸਰ ਦੇ ਡੱਬ ਵਾਲੀ ਢਾਬ ਤੇ ਆਲੇ ਦੋਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਆਇਆ ਆਪ ਖੇਤਾਂ ਦੇ ਵਿੱਚ ਜਾ ਕੇ ਦੇਖ ਕੇ ਆਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਭਾਈ ਰੂਪਾ ਸੇਲਬਰਾ ਗੁੰਮਟੀ ਭਗਤਾ ਭਾਈ ਕਦਾ ਇਲਾਕਾ ਉੱਥੇ ਵੀ ਜਾ ਕੇ ਆਇਆ ਇਸ ਤੋਂ ਬਾਅਦ ਪਸਿਆਣਾ ਜਾਲਾਂ ਇਹ ਪਟਿਆਲੇ ਦਾ ਇਲਾਕਾ ਸੋ ਜਿੱਥੇ-ਜਿੱਥੇ ਮੈਂ ਗਿਆ ਮੈਂ ਆਪ ਦੇਖਿਆ ਕਿ ਬਹੁਤ ਭਾਰੀ ਨੁਕਸਾਨ ਹੋਇਆ ਖਾਸ ਤੌਰ ਤੇ ਕਣਕਾਂ ਦਾ ਪੱਕੀਆਂ ਜਿਹੜੀਆਂ ਕਣਕਾਂ ਨੇ ਉਹ ਬਿਲਕੁਲ ਵਿਸ਼ ਗੀਆਂ ਡਿੱਗ ਪੀਆਂ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਬਿਲਕੁਲ ਇਹ ਸਾਹਮਣੇ ਸਾਨੂੰ ਦਿਖਾਤਾ ਗਿਆ ਦੇਖ ਲਓ ਜੀ ਸਾਡਾ ਹਾਲ ਹੋ ਗਿਆ ਸੋ ਕੁਦਰਤੀ ਆਫਤਾਂ ਦਾ ਜਿਹੜਾ ਪ੍ਰਬੰਧਨ ਹੁੰਦਾ ਉਹਦੇ ਉਹਦੇ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਸਰਕਾਰਾਂ ਕੋਲੇ ਸੋ ਫੰਡਾਂ ਦੀ ਕੋਈ ਕਮੀ ਨਹੀਂ ਹੁੰਦੀ ਮੈਂ ਆਪਣੇ ਸਾਰੇ ਅਫਸਰਾਂ ਦੀ ਹੰਗਾਮੀ ਮੀਟਿੰਗ ਬੁਲਾਈ ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਪੁਰਾਣੇ ਤਰੀਕੇ ਕਿਹੜੇ ਨੇ ਜਿਹੜੇ ਮੁਆਵਜ਼ਾ ਦੇਣ ਦੇ ਉਹ ਮੈਂ ਦੇਖੇ ਅਸੀਂ ਉਹ ਸਾਰੇ ਬਦਲਦੇ ਸਭ ਤੋਂ ਪਹਿਲਾਂ ਤਾਂ ਜਿਹੜੇ ਪੁਰਾਣੇ ਤਰੀਕੇ ਮੁਤਾਬਕ ਵੱਧ ਤੋਂ ਵੱਧ ਨੁਕਸਾਨ ਦਾ 12000 ਰੁਪਏ ਦਿੱਤਾ ਜਾਂਦਾ ਸੀ 75% ਤੋਂ 100% ਤੱਕ ਦਾ 12000 ਰੁਪਿਆ ਦਿੱਤਾ ਨਹੀਂ ਜਾਂਦਾ ਸੀ ਐਲਾਨ ਕੀਤਾ ਜਾਂਦਾ ਸੀ ਮਿਲਦਾ ਨਹੀਂ ਸੀ ਕਈ ਵਾਰੀ ਤਾਂ ਜ਼ਖਮਾਂ ਤੇ ਨਮਕ ਛਿੜਕਿਆ ਜਾਂਦਾ ਸੀ 54 54 ਰੁਪਿਆ ਦਾ ਚੈੱਕ ਵੀ ਆ ਜਾਂਦੇ ਸੀ 111 ਰੁਪਿਆ ਦਾ ਚੈੱਕ ਵੀ ਆ ਜਾਂਦਾ ਸੀ 124 ਰੁਪਿਆ ਦਾ ਚੈੱਕ ਵੀ ਆ ਜਾਂਦਾ ਸੀ ਉਹ ਵੀ ਪਤਾ ਨਹੀਂ ਕਿੰਨੇ ਚਿਰ ਬਾਅਦ ੱੱਕੇ ਖਾ ਕੇ ਸੋ ਅਸੀਂ ਐਲਾਨ ਕੀਤਾ ਹੈ 75% ਤੋਂ 100% ਦੇ ਵਿੱਚ ਜਿੰਨਾ ਵੀ ਫਸਲਾਂ ਦਾ ਨੁਕਸਾਨ ਹੋਇਆ ਹੈ ਉਹ ਚ 15000 ਰੁਪਿਆ ਇੱਕ ਏਕੜ ਦਾ ਜਨਨ ਕਿ 25% ਅਸੀਂ ਵਾਦਾ ਕਰਤਾ ਉਹ ਮਿਲੂਗਾ ਤੇ 33% ਤੋਂ 75% ਤੱਕ ਜਿਹੜਾ ਪਹਿਲਾਂ 5300 ਸੀ ਉਹ ਹੁਣ ਅਸੀਂ ਵਧਾ ਕੇ 25% ਵਧਾ ਕੇ 6850 ਰੁਪਏ ਕਰਤਾ ਤੇ ਜਿਹੜਾ ਪਹਿਲਾਂ 26 ਤੋਂ 33 ਹੁੰਦਾ ਸੀ ਉਹਨੂੰ ਅਸੀਂ 20% ਤੋਂ 33 ਕਰਤਾ ਤਾਂ ਕਿ ਜੇ ਕਿਸੇ ਦਾ 1 ਏਕੜ ਚੋਂ 1 ਬਿੱਗਾ ਵੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ